ਕਾਲ ਜੀ ਕੀ ਹਾਲ ਜੀ ਹੋਰ ਸਾਰੇ ਠੀਕ ਹੋ ਹਾਂਜੀ ਕੀ ਹਾਲ ਜੀ ਵਧੀਆ ਕਿਵੇਂ ਹੋ ਫਰੈਂਡ ਠੀਕ ਠਾਕ ਹੈਲੋ ਫਰੈਂਡਸ ਕਿਵੇਂ ਸਭ ਠੀਕ ਹੋ ਹੈਲੋ ਫਰੈਂਡਸ ਕਿਵੇਂ ਸਭ ਠੀਕ ਹੋ ਹਾਂਜੀ ਠੀਕ ਆ ਤੁਸੀਂ ਦੱਸੋ ਠੀਕ ਹੋ ਹਾਂਜੀ ਕੀ ਬਣੀਆਂ ਫਿਰਦੀਆਂ ਰਾਸ਼ੀਆਂ ਆਈਆਂ ਕਸ਼ਮੀਰ ਨਾਲ ਆਈਆਂ ਉਹ ਕਸ਼ਮੀਰੀ ਦਿਲਪ੍ਰੀਤ ਤੇਰੇ ਵਰਗੀਆਂ ਹੁੰਦੀਆਂ ਉਹ ਆਏ ਜੀ ਸਾਰੀਆਂ ਬੁੱਕਲਾਈਆਂ ਮਾਰਦੀਆਂ ਹੁੰਦੀਆਂ ਕਸ਼ਮੀਰ ਵਾਲੀਆਂ ਖੁਸ਼ ਕਿਵੇਂ ਹੁਣ ਠੀਕ ਆ ਲਓ ਜੀ ਖੁਸ਼ ਸਾਡੇ ਨੂੰ ਜ਼ੁਕਾਮ ਲੱਗਾ ਬਹੁਤ ਜ਼ਿਆਦਾ ਹੈ ਖੁਸ਼ ਹੁਣ ਠੀਕ ਆ ਜ਼ੁਕਾਮ ਬੁਖਾਰ ਰਾਤ ਨੂੰ ਖੰਘੀ ਜਾਂਦੀ ਦਿਨੇ ਘੱਟ ਖੰਘ ਆਉਂਦੀ ਆ ਕੱਲ੍ਹ ਵੀ ਮੈਡੀਸਨ ਲਈ ਸੀ ਪਰਸੋਂ ਦੀ ਲਈ ਜਾਂਦੇ ਥੋੜ੍ਹਾ ਜਿਹਾ ਅਜੇ ਠੀਕ ਨਹੀਂ ਠੰਡ ਬਹੁਤ ਜ਼ਿਆਦਾ ਆ ਪਹਿਲਾਂ ਕਹਿੰਦੇ ਠੰਡ ਨਹੀਂ ਹੁਣ ਠੰਡ ਬਹੁਤ ਜ਼ਿਆਦਾ ਆ ਅਤੇ ਅੱਜ ਧੁੰਦ ਬਹੁਤ ਜ਼ਿਆਦਾ ਆ ਅੱਜ ਤਾਂ ਅੰਦਰ ਤੱਕ ਆਈ ਪਈ ਆ ਧੁੰਦ ਅਤੇ 8:15 ਹੋ ਗਏ ਅਤੇ ਹੁਣ ਗੁਰੂ ਘਰ ਜਾਣਾ ਤਿਆਰੀਆਂ ਫੁੱਲ ਆਪਣੀਆਂ ਕੇਰਾਂ ਇੱਕ ਵਾਰੀ ਜਾ ਆਇਆ ਸੁਬਹਾ ਸੁਬਹਾ ਹੁਣ ਦੁਬਾਰਾ ਜਾਣਾ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਸੇਵਾ ਕਰਦੇ ਹਾਂ ਜਾ ਕੇ ਅਤੇ ਅੱਜ ਨਿਸ਼ਾਨ ਸਾਹਿਬ ਚੋਲਾ ਸਾਹਿਬ ਚੜ੍ਹਾਉਣਾ ਨਿਸ਼ਾਨ ਸਾਹਿਬ 'ਤੇ ਅਤੇ ਉਹ ਵੀ ਕਰਨੀ ਸੇਵਾ ਮੁੰਡੇ ਨੂੰ ਕੀਤਾ ਸੀ ਫੋਨ ਤੇਜ਼ੀ ਨੂੰ ਅਤੇ ਉਹ 10-11 ਵਜੇ ਆਊਗਾ ਕਿਉਂਕਿ ਹੁਣ ਤਾਂ ਧੁੰਦ ਬਹੁਤ ਆ ਤਾਂ ਉੱਪਰ ਚੜ੍ਹਨਾ ਕਿਹੜਾ ਸੌਖਾ ਹੈ ਨਾ ਕਿਉਂਕਿ ਇੱਕ ਜਲ ਦੇ ਨਾਲ ਇਸ਼ਨਾਨ ਵੀ ਕਰਾਉਣਾ ਹੁੰਦਾ ਅਤੇ ਔਖਾ ਬਹੁਤ ਆ ਉੱਪਰ ਚੜ੍ਹਨਾ ਵੈਸੇ ਵੀ ਇੱਕ ਤਾਂ ਡਰ ਲੱਗਦਾ ਹੁੰਦਾ ਇਹਦਾ ਜਿਗਰੇ ਵਾਲਾ ਹੀ ਕੋਈ ਚੜ੍ਹਦਾ ਤੇਜ਼ੀ ਵਿਚਾਰਾ ਕਰਦਾ ਹੁੰਦਾ ਸੇਵਾ ਹਰ ਸਾਲ ਕੀਤਾ ਸੀ ਫੋਨ ਸੁਬਹਾ ਕਹਿੰਦਾ ਮੈਂ ਆ ਜਾਊਂਗਾ 10-11 ਵਜੇ ਕੇਸੀ ਇਸ਼ਨਾਨ ਕਰਕੇ ਅਤੇ ਪ੍ਰਸ਼ਾਦਾ ਪਾਣੀ ਵੀ ਤਿਆਰ ਕਰਨਾ ਸਿਆਲ 'ਚ ਹੁੰਦਾ ਤਾਂ ਔਖਾ ਹੀ ਆ ਵੈਸੇ ਸਾਰੇ ਕੰਮ ਕਰਨੇ ਹੈ ਨਾ ਨੰਗੇ ਪੈਰੀ ਸੇਵਾ ਕਰਨੀ ਵੀ ਚਲੋ ਵਾਹਿਗੁਰੂ ਜਿਹੜਾ ਵੀ ਕਰਦਾ ਅਤੇ ਮਿਹਰ ਕਰੇ ਸੇਵਾ ਸਫਲੀ ਕਰੇ ਸਹੀ ਕਰਦਾ ਹੋਰ ਤੁਸੀਂ ਕਹਿਮ ਬਚੀ ਰਹਿ ਬਚੀ ਠੰਡ ਨਾ ਲਵਾ ਲਈਏ ਤੇ ਹਜੇ ਤੱਕ ਤਾਂ ਇਕੱਲੀ ਖੁਸ਼ ਸਾਡੇ ਥੋੜ੍ਹਾ ਜਿਹਾ ਹੋਇਆ ਬਾਕੀ ਦਿਲ ਤੇ ਠੀਕ ਆ ਖੁਸ਼ ਜਦੋਂ ਹੋ ਜਾਂਦੀ ਇਹਦੀਆਂ ਅੱਖਾਂ ਹੀ ਖਿੱਚੀਆਂ ਜਾਂਦੀਆਂ ਨਾ ਹਾਂ ਆਰਾਮ ਨਹੀਂ ਆਉਂਦਾ ਇਹਨੂੰ ਅੱਜ ਹੁਣ ਹੋਰ ਡਾਕਟਰ ਤੋਂ ਲੈ ਕੇ ਆਉਂਦਾ ਫਿਰ ਹੋਊਗੀ ਇਹ ਥੋੜ੍ਹਾ ਖੁਸ਼ ਜ਼ਿਆਦਾ ਹੋ ਜਾਂਦੀ ਆ ਅਤੇ ਮੁੜ ਕੇ 5-4 ਦਿਨ ਚ ਠੀਕ ਮਸਾਂ ਹੀ ਹੁੰਦੀ ਦਿਲਪ੍ਰੀਤ ਘੱਟ ਬਿਮਾਰ ਹੁੰਦੀ ਹਵਾ ਵੱਜਦੀ ਸੀ ਨਗਰ ਕੀਰਤਨ ਤੇ ਹੋ ਗਈ ਹੋਰ ਕਿੰਨਵਾ ਗਲਾਸ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਗੁਰੂ ਘਰ ਤੇ ਮਿਲਦੇ ਹਾਂ ਸਾਨੂੰ ਗੁਰੂ ਘਰੇ ਜਾ ਮੈਂ ਧੁੰਦ ਕਿੰਨੀ ਅੱਜ ਹੈ ਨਾ ਇਹ ਬਾਈ ਕੀਪਾ ਬਹੁਤ ਸੇਵਾ ਕਰਦਾ ਹਨਾ ਹੋਰ ਤਾਂ ਕੋਈ ਹੈ ਨਹੀਂ ਗਾ ਕੀਪਾ ਮੇਨ ਸੇਵਾਦਾਰ ਹੈ ਹੁਣ ਬਾਲਣ ਤੇ ਡਿਊਟੀ ਲੱਗੀ ਕੀਪੇ ਦੀ ਚੱਕ ਕੀਪਿਆ ਆ ਥੱਲੇ ਥੱਲੇ ਚੱਕ ਲੈ ਸਾਰੇ ਹਾਂ ਚਕਾਵਾਂ ਚੱਲ ਤੂੰ ਮੈਂ ਚਕਾਉਣਾ ਤੈਨੂੰ ਕੀਪਾ ਮੇਨ ਸੇਵਾਦਾਰ ਆ ਕੀਪੇ ਬਿਨਾਂ ਗੱਲ ਨਹੀਂ ਬਣਦੀ ਹਨਾ ਕੀਪਿਆ ਸਬਜ਼ੀ ਬਣਾਈ ਜਾਂਦੇ ਮੈਂ ਤੇ ਕੀਪਾ ਭਜਦਾ ਨੀ ਕੀਪਾ ਵੇਲੇ ਸਬਜ਼ੀ ਤਿਆਰ ਕਰੇ ਕਿਉਂ ਮਾਰਦੀ ਪਾਪਾ ਕੱਲ ਛੱਗੀ ਕੇ ਪੇਪਰ ਚੱਲਦਾ ਫਿਰ ਅਰਦਾਸ ਕਰ
ਬਾਬਾ ਜੀ ਨਾ ਤੁਹਾਨੂੰ ਵੀ ਸ਼ਿਕਾਈਏ ਸ਼ਿਕਾਈਏ ਤਾਂ ਤੁਹਾਨੂੰ ਵੀ ਹਾਂ ਮੈਂ ਛੋਟਾ ਪ੍ਰਸ਼ਾਦਾ ਜੇ ਮੈਂ ਠੰਡ ਜੀ ਰਹਿ ਜੀ ਫਿਰ ਪ੍ਰਸ਼ਾਦੇ ਜਗੀ ਦੋ ਤਿੰਨ ਤੇ ਫਿਰ ਚਾਹ ਛੱਡਦਾ ਦੋ ਜੀ ਚੰਨਾਂ ਦਾ ਕੀਪਿਆ ਅੱਜ ਤਾਂ ਵੇਲਾ 10:30 ਹੋ ਗਿਆ 11 ਵਜ ਗਿਆ ਨਾ ਧੁੰਦ ਹਜੇ ਬਹੁਤ ਆ ਯਾਰ ਹੈ ਕੀਪਿਆ ਧੁੰਦ ਬਹੁਤ ਆ ਬਹੁਤ ਆ ਸਭ ਅੱਜ ਲਾਈਟ ਵੀ ਨਹੀਂ ਆਈ ਖਰਾਬ ਹੋ ਗਈ ਨਾ ਮੈਂ ਤਾਂ ਕੀਪਾ ਤਾਂ ਬੈਠਿਆ ਹੁਣ ਬੀਬੀਆਂ ਨੂੰ ਪ੍ਰਸ਼ਾਦਾ ਛਕਾਉਂਦੇ ਆ ਤੇ ਫਿਰ ਅਸੀਂ ਛਕਦੇ ਹਾਂ ਠੀਕ ਨਹੀਂ ਕੀਪਾ ਕੀਪਾ ਖੰਡ ਲੱਗਦੀ ਤੂੰ ਤਾਂ ਲੋਈ ਵੀ ਨਹੀਂ ਲਈ ਲੋਈ ਤਾਂ ਲਿਆ ਕਰ ਉੱਤੇ ਲੱਗਦੀ ਨਹੀਂ ਤੈਨੂੰ ਕਿਉਂ ਕਾਹਦਾ ਨਹੀਂ ਲੱਗਦੀ ਲੈ ਲਿਆ ਕਰ ਟੋਟਾ ਉੱਤੇ ਯਾਰ ਕਿ ਨਹੀਂ ਆ ਗਏ ਜੀ ਸਾਡੇ ਸੇਵਾਦਾਰ ਜਿਹੜੇ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਆ ਹੋਰ ਤੇਜੀ ਕਿਵੇਂ ਆ ਹੋਰ ਜੀ ਵਾਹ ਜੀ ਫਤਿਹ ਹੋਰ ਪੁੱਤ ਕਿਵੇਂ ਠੀਕ ਆ ਚਲੋ ਹੋਰ ਗਿਆਨੀ ਜੀ ਹਾਂਜੀ ਠੀਕ ਠਾਕ ਹੋ ਹਾਂਜੀ ਲਓ ਜੀ ਬੈਠੋ ਇੱਧਰ ਬੈਠੋ ਜੀ ਜਨਾਬ ਜੀ ਹੋਰ ਕਿਵੇਂ ਘਰ ਪਰਿਵਾਰ ਵਾਲ ਬੱਚੇ ਹਾਂਜੀ ਜੀ ਹੋਰ ਪੁੱਤ ਕੌਣ ਠੀਕ ਆ ਠੀਕ ਆ ਹੁਣ ਛੁੱਟੀਆਂ ਹੁੰਦੀਆਂ ਹਾਂਜੀ ਹਾਂਜੀ ਹੋਰ ਕੀ ਬੰਦਾ ਠੰਡ ਬਹੁਤ ਆ ਠੰਡ ਹਾਂ ਵਾਹਿਗੁਰੂ ਦੀ ਕਿਰਪਾ ਹੈ ਬਸ ਪਹਿਲਾਂ ਕਹਿੰਦੇ ਗਰਮੀ 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 ਹੁਣ ਠੰਡ ਉਹਦੇ ਸਦਕਾ ਹੀ ਆ ਸਭ ਕੁਝ ਪਤਾ ਨਹੀਂ ਹੋਰ ਨਹੀਂ ਇਹ ਸਹੀ ਇਹ ਹੈ ਜੀ ਪੱਕਾ ਹੀ ਸੇਵਾਦਾਰ ਆ ਸਾਰੇ ਗੁਰੂ ਘਰਾਂ 'ਚ ਇਹੀ ਨਿਸ਼ਾਨ ਸਾਹਿਬ ਦੀ ਸੇਵਾ ਕਰਦਾ ਮੁੰਡਾ ਇਹ ਮੇਰੀ ਮਾਸੀ ਦਾ ਮੁੰਡਾ ਸਹੀ ਅਸਲ ਹਾਂਜੀ ਅਸੀਂ ਮਾਸੀ ਦਾ ਮਾਸੀ ਦਾ ਮੁੰਡਾ ਮੇਰੀ ਦਾ ਹਾਂਜੀ ਹਾਂਜੀ ਇਹ ਵੀਰ ਦੀ ਬਹੁਤ ਵੱਡੀ ਸੇਵਾ ਦਿਨ ਰਾਤ ਗੁਰੂ ਘਰ ਆਉਂਦੇ ਨੇ ਦੋਵੇਂ ਟਾਈਮ ਸੁਬਾਹ ਸੁ ਆਪਣਾ ਪ੍ਰਕਾਸ਼ ਕਰਾਉਂਦੇ ਨੇ ਸ਼ਾਮ ਨੂੰ ਸੁੱਖ ਆਸਣ ਕਰਵਾਉਂਦੇ ਨੇ ਅਤੇ ਵੀਰ ਜੀ ਦੀ ਹਾਂਜੀ ਰਮਾਉਂਦਾ ਜੇ ਭਾਗਾਂ 'ਚ ਸੇਵਾ ਹੁੰਦੀ ਹੈ ਨਾ ਫਿਰ ਹੀ ਮਿਲਦੀ ਹੈ ਹਾਂਜੀ ਵੀਰ ਜੀ ਕਰਮਾਂ ਤੋਂ ਬਿਨਾਂ ਸੇਵਾ ਵੀ ਨਹੀਂ ਹੁੰਦੀ ਨਹੀਂ ਹੁੰਦੀ ਜਿਹੜੀ ਭਾਗਾਂ 'ਚ ਹੁੰਦੀ ਹੈ ਨਾ ਫਿਰ ਹਾਂਜੀ ਫਿਰ ਹੀ ਮਿਲਦੀ ਹੈ ਇਹ ਵੀਰ ਦੀ ਬਹੁਤ ਵੱਡੀ ਸੇਵਾ ਦੇਣ ਹੈ ਗੁਰੂ ਘਰ ਆਉਣਾ ਇਹਨਾਂ ਦਾ ਮਤਲਬ ਨਿਤਨੇਮ ਹੈ ਰੋਟੀ ਖਾਣਾ ਭੁੱਲ ਜਾਂਦੇ ਆ ਗੁਰੂ ਘਰ ਆਉਣਾ ਜ਼ਰੂਰੀ ਵੀ ਆ ਨਾ ਜ਼ਰੂਰੀ ਵੀ ਆ ਗੁਰੂ ਘਰ ਆਉਣਾ ਠੀਕ ਆ ਹੋਰ ਹਾਂਜੀ ਹਾਂਜੀ ਵੀਰ ਜੀ ਚੜ੍ਹਦੀ ਕਲਾ ਕਰਦੇ ਹਾਂ ਤਿਆਰੀ ਕਰ ਆ ਗੁੱਡੀ ਆਪਣੀ ਹੋਰ ਮਤਲਬ ਕਹਿੰਦੀ ਗੁਰੂ ਘਰ ਜਾਣਾ ਹੀ ਜਾਣਾ ਬਹੁਤ ਸਿਆਣੀ ਹੈ ਗੁੱਡੀ ਹੋਰ ਬਹੁਤ ਪੜ੍ਹਾਈ ਕਿਵੇਂ ਚੱਲਦੀ ਇਹਦੀ ਕਲਾਸ 'ਚ ਹਾਂਜੀ ਵਧੀਆ ਪੜ੍ਹਦੀ ਹਾਂਜੀ ਹਾਂਜੀ ਬਿਲਕੁਲ ਜੀ ਚਲੋ ਜੀ ਕਿੰਨੇ ਸਾਲ ਲਾਇਆ ਸੀ ਬਾਹਰ ਫਿਰ ਭਾਅ ਜੀ 4 ਸਾਲ ਲਾ 4 ਸਾਲ ਲਾਏ ਨਾ 4-5 ਸਾਲ ਵੀਰ ਮੇਰਾ ਲਾ ਕੇ ਆਇਆ ਬਾਹਰ ਇਲੈਕਟ੍ਰੀਸ਼ਨ ਪੂਰਾ ਟੌਪ ਦਾ ਉੱਥੇ ਫਿਰ ਵਧੀਆ ਕੰਮ ਚੱਲਦਾ ਸੀ ਹਾਂਜੀ ਉੱਥੇ ਮੇਰੇ ਕੋਲ 400 ਘਰ ਸੀਗਾ ਉਹਨਾਂ ਦਾ ਮੇਨਟੇਨੈਂਸ ਦਾ ਕੰਮ ਹਾਂ ਮੁੜ ਕੇ ਇੱਧਰ ਘਰ ਦੀ ਕੋਈ ਕਰਾਉਣਾ ਪਿਆ ਬੱਚਿਆਂ ਕੋਲ ਅਤੇ ਹੁਣ ਵੀਰ ਦਾ ਇੱਥੇ ਵੀ ਕੰਮ ਬਹੁਤ ਵਧੀਆ ਅਤੇ ਵੀਰ ਮੇਰੇ ਨੂੰ ਵੱਧ ਤੋਂ ਵੱਧ ਇੱਥੇ ਵੀ ਸਪੋਰਟ ਕਰੋ ਇਹਦੀ ਅਤੇ ਵੱਧ ਤੋਂ ਵੱਧ ਕੰਮ ਦਿਆ ਕਰੋ ਕੰਮ 1 ਨੰਬਰ ਪੂਰਾ ਟੌਪ ਦਾ ਕਰਦਾ ਕੋਈ ਰੈਸਟੋਰੈਂਟ ਹੋਟਲ ਹੋਵੇ ਕੋਠੀ ਦਾ ਹੋਵੇ ਕੰਮ ਇੱਕ ਵਾਰੀ ਮੌਕਾ ਵੀਰ ਨੂੰ ਜ਼ਰੂਰ ਦਿਓ ਠੀਕ ਆ ਨਾ ਹਾਂਜੀ ਅਤੇ ਕੰਮ ਹੁਣ ਵੀ ਵਧੀਆ ਚੱਲਦਾ ਫੋਨ 'ਤੇ ਫੋਨ ਆਈ ਜਾਂਦੇ ਹੁਣ ਵੀ ਅਸੀਂ ਕਿਹਾ ਵੀ ਅੱਜ ਨਹੀਂ ਅੱਜ ਜਵਾਬ ਆ ਠੀਕ ਆ ਨਾ 3 ਵਜੇ ਤੱਕ ਹਾਂਜੀ ਹਾਂਜੀ ਅੱਜ ਸੇਵਾ 'ਤੇ ਹਾਂ ਮੇਰੇ ਵੀਰ ਦੀ ਪੂਰੀ ਸਪੋਰਟ ਕਰੋ ਬਾਈ ਕੰਮ ਪੂਰਾ 1 ਨੰਬਰ ਕਰਦਾ ਗਰੰਟੀ ਪੂਰੀ ਆ ਅਤੇ ਜੀ ਜਮ੍ਹਾਂ ਹੀ ਸੁੱਕਿਆ ਪਿਆ ਕੰਮ ਹੈ ਨਾ ਤੇ ਲਾ ਥੋੜ੍ਹਾ ਥੋੜ੍ਹਾ ਚੱਲ 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 ਵਾਹਿਗੁਰੂ ਵਾਹਿਗੁਰੂ ਸਾਰੀਆਂ ਗਲਾਰੀਆਂ ਸਾਲ ਬਾਅਦ ਤਾਂ ਵੀ ਚੱਲਦਾ ਇਹ ਹਾਂ ਬਾਹਲਾ ਨਾ ਥੱਲੇ ਡੁੱਲਦਾ ਉਹ ਪਰਲੀ ਕਰਨੀ 'ਤੇ ਵੀ ਲਾ ਥੋੜ੍ਹਾ ਜਿਹਾ ਤਾਰ ਵੀ ਨਾ ਹੋ ਜੀ ਹੋਈ ਪਈ ਹੈ ਨਾ ਤੇਜੀ ਹਾਂਜੀ ਵੀਰ ਜੀ ਚਲੋ ਕੋਈ ਨਹੀਂ ਅੱਜ ਬਣਾ ਦਿੰਦੇ ਨਵਾਂ ਵਧੀਆ ਚੱਲ ਬਈ ਤੇਜੀ ਕਿਵੇਂ ਲਓ ਜੀ ਤੇਜੀ ਨੇ ਲਾ ਤਾ ਕੰਮ ਸਿਰੇ ਹੈ ਲਾਈਏ ਕਰ ਗਏ ਨੀਵਾ
ਉਹ ਸਾਹ ਲੈਂਦਾ ਮੁੰਡਾ ਪਿੰਦਰ ਸਾਹ ਲੈਣਾ ਚਲੋ ਕੋਈ ਨਾ ਸਾਹ ਵੀ ਲੈਣਾ ਜ਼ਰੂਰੀ ਹੈ ਨਾ ਥੱਕ ਜਾਂਦੀ ਵਾ ਹੋਰ ਪਿੰਦਰਾ ਕਿਵੇਂ ਆ ਕਿਰਪਾ ਵਾਹੀ ਕਿਰਪਾ ਪੂਰੀ ਚਲੋ ਜੀ ਕਿਰਪਾ ਹੀ ਚਾਹੀਦੀ ਹੈ ਇਹ ਮੁੰਡਾ ਹਾਂ ਮਹਾਰਾਜ ਕਿਰਪਾ ਕਰੇ ਮੁੰਡੇ ਨੇ ਬਹੁਤ ਸੇਵਾ ਕੀਤੀ ਅੱਜ ਬਾਈ ਮਾਘ ਦੇ ਮਹੀਨੇ ਵੀ ਸੇਵਾ ਪੂਰੀ ਕਰਦਾ ਮੁੰਡਾ ਕਿਵੇਂ ਫਿਰ ਤਿਆਰੀਆਂ ਆਪਣੀਆਂ ਪੂਰੀਆਂ ਦਿਨ ਬਾਅਦ 15 ਕਰੇ ਗਏ ਮੇਰੇ ਹਿਸਾਬ 'ਚ ਪਹਿਲਾਂ ਕਰ ਦਈਏ ਕੰਮ ਸ਼ੁਰੂ ਉੱਧਰ ਬਾਬਾ ਜੀ ਹਾਂਜੀ ਬਾਬਾ ਜੀ ਆ ਜਾਓ ਜੀ ਇਹ ਰੈਸਟ ਕਰਕੇ ਹਟੇ ਬਾਬਾ ਜੀ ਕਰ ਲਈ ਰੈਸਟ ਨਹੀਂ ਬਾਬਾ ਜੀ ਹੁਣ ਤਾਂ ਮੈਂ ਟਾਈਮ ਦੇ ਤਾ 1.5-2 ਘੰਟੇ 11 ਵਜੇ ਦੇ ਹੁਣ ਆਏ ਆ ਤੁਸੀਂ ਚਲੋ ਵੀ ਪਿੰਦਰਾ ਧੁੱਪ ਨਿਕਲ ਆਈ ਅੱਜ ਤਾਂ ਚਲੋ ਕਰੂਗਾ ਸਿੱਧਾ ਆਹ ਵਾਲ ਪੈ ਗਿਆ ਇੱਕ ਤੇ ਜੀ ਨਹੀਂ ਆਹ ਵਾਲਾ ਕੱਢ ਦੇ ਪਹਿਲਾਂ ਹਾਂ ਵਿੱਚ ਨਾ ਇਕੱਠਾ ਕਰ ਯਾਰ ਆਉਣ ਦੇ ਹਾਂ ਘੁਮਾ ਦੇ ਮਾੜਾ ਜਿਹਾ ਥੱਲੇ ਹੀ ਸਾਰਾ ਵਾਲ ਕੱਢ ਦੇ ਝੋਲਾ ਕੱਢ ਨਹੀਂ ਆਹ ਤਾਂ ਕੱਢਣਾ ਪਊ ਤੈਨੂੰ ਵਾਲ ਹੁਣ ਆਹ ਤਾਂ ਕੱਢਣਾ ਪੈਣਾ ਆਹ ਤਾਂ ਜ਼ਿਆਦਾ ਹੋ ਗਿਆ ਨਾ ਇੱਥੋਂ ਹੀ ਤਾਂ ਆ ਕੇ ਕੰਮ ਸੋਹਣਾ ਨਹੀਂ ਲੱਗਣਾ ਚੱਲ 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 ਇੱਕ ਹੋਰ ਘੁਮਾ ਲਾ ਬੈਕ ਲਿਆ ਥੱਲਿਓਂ ਦੀ ਕੱਢਣ ਵਾਲੇ ਇਹਨੂੰ ਹਾਂ ਸਕੰਜੇ ਤੇ ਨਹੀਂ ਕਾਲਾ ਨਹੀਂ ਚੱਲ ਹੁਣ ਹੁਣ ਇਹਦਾ ਛੱਡ 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 ਇਹਨੂੰ ਵਿੱਚ ਦੀ ਕਰ ਹਾਂ ਇੱਥੋਂ ਹੁਣ ਇਹਨੂੰ ਸਿੱਧਾ ਵਾਲ ਕੱਢ ਦੇ ਵੱਡੀਆਂ ਲੈਚੀਆਂ ਨਹੀਂ ਆ ਹੋਰ ਕੁਛ ਹੈ ਮਾਤਾ ਨੇ ਦੂਜੇ ਫੁੱਲ ਵੀ ਨਹੀਂ ਫਿਰਦਾ ਓਹੋ ਆ ਸੁੱਕੇ ਫੁੱਲ ਆਖਦਾ ਹੀ ਆ ਇਹ ਬਾਜੀ ਆਖਦਾ ਹੀ ਇਹ ਨਾ ਚਾਹ ਦੇ ਵਿੱਚ ਵੱਡੀ ਲੈ ਜਾਂਦੇ ਨਹੀਂ ਆਹੋ ਬਾਜੀ ਆਖਦਾ ਹੀ ਹੋਰ ਨਾ ਕੁਝ ਪਾ ਦੇ ਚਾਹ ਦੇ ਉਹਨੇ ਫੁੱਲ ਜਾਣੀ ਦਾ ਬਾਈ ਵਿਸਾਖੀ ਤੇ ਬਦਲਿਆ ਜਾਊਗਾ ਵਿਸਾਖੀ ਤੇ 4 ਮਹੀਨੇ ਹੀ ਪਏ ਆ ਬਸ ਇਦੂ ਬਾਅਦ 4-4 ਮਹੀਨਿਆਂ ਬਾਅਦ ਆਏ ਆਵੇ ਫੇਰ ਹੋਰ ਬਾਬਾ ਕਿਆ ਪੀ ਰਿਹਾ ਹੈਗਾ ਡਾਕੂ ਚੱਲੇ ਸਬਜ਼ੀ ਲੈਣ ਹੈ ਡਾਕੂ ਮੈਨੂੰ ਅੱਜ ਟੋਪੀ ਵਾਰੀ ਕੁਛ ਵਾਲੀ ਹੈ ਕੁਛ ਆ ਕੀ ਬਣ ਗਿਆ ਹੈ ਕੁਛ ਆ ਡਾਕੂ ਵਾਲਾ ਤੋੜੀ ਸੀ ਹੈ ਤੋੜੀ ਸੀ ਹੁਣ ਕੀ ਖਾਣਾ ਉਹ ਖਾਈ ਖੰਡ ਮੈਂ ਵੀ ਐਂ ਕਰਦਾ ਹੁੰਦਾ ਛੋਟਾ ਹੁੰਦਾ ਜਦੋਂ ਮੂੰਹ ਕੌੜਾ ਹੋ ਜਾਂਦਾ ਨਾ ਹਾਂ ਉਹ ਜਿਹੜੀ ਛੋਟੀ ਸੀ ਯਾਰ ਨਿੱਕੀ ਚਿੱਟੀ ਉਹ ਸੀ ਕੌੜੀ ਨਹੀਂ ਗੁਲਾਬੀ ਤਾਂ ਮੈਂ ਉਹੀ ਚੱਪਦੇ ਥਾਦੀ ਹਾਂ ਉਹ ਨਹੀਂ ਬੜੀ ਕੌੜੀ ਚਿੱਟੀ ਸੀ ਹਾਂ ਬੜੀ ਕੌੜੀ ਸੀ ਚਿੱਤਰੀ ਮਿਦਲੇ ਵੀ ਹੈ ਤਾਂ ਵਿਦਿਆ ਪਰ ਦੂਜੀ ਚਿੱਟੀ ਤਾਂ ਬਾਲੀ ਕੌੜੀ ਆ ਚੱਲ ਖਾ ਲਾ ਖੰਡ ਖਾ ਲਾ ਪਾਲਟੀ ਆ ਜਾਂਦੀ ਸੀ ਨਹੀਂ ਤਾਂ ਜਾਣਾ ਦਿਲ ਤੂੰ ਕਰਦਾ ਰੇ ਗੱਲ ਜੀ ਕਰਦਾ ਹਾਂ ਜੀ ਚੱਲ ਗਏ ਟੋਪੀ ਲੈ ਲਾ ਚੰਗਾ ਚਲੋ ਬਈ ਚੱਲੀਏ ਪਰੇ ਹੋ ਜਾਓ ਸਾਈਕਲ ਛੱਡੋ ਆਪਣਾ ਲਓ ਜੀ ਪ੍ਰਸ਼ਾਦਾ ਪਾਣੀ ਹੈਗਾ ਰੈਡੀ ਸਤਿਨਾਮ 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 ਸਤਿਨਾਮ
Thank you.